ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਕਿਸ ਤਰ੍ਹਾਂ ਦੀ ਮੀਟਿੰਗ ਹੋਈ ਹੈ ਅਗਲਾ ਜੂੜ ਟੈਸਟ ਗ੍ਰਾਉਂਡ ਮੁੰਡਿਆਂ ਦੇ ਟੈਸਟ ਗ੍ਰਾਉਂਡ ਟੀਕੇ ਨਾਲ ਲੱਗਣ ਦੇ ਕੋ ਹੱਲੇ ਮੈਂ ਕਿਥੋਂ ਪਿੰਡਾਂ ਜਾਣਾ ਕੁਝ ਗਿਆ ਪਰ ਜਿੱਥੇ ਜਾਣੀ ਚਾਹੀਦੀ ਸੀ ਉੱਥੇ ਤੱਕ ਅਜੇ ਨਹੀਂ ਪੁੱਜੀ ਇਹ ਕਿੱਥੇ ਕਹਾਣੀ ਬਚਾਈਏ ਮਰਨ ਤੋਂ ਅੱਜ ਦੀ ਤਰੀਕ 'ਚ 8 ਸਾਲ ਦੇ ਵਿੱਚ 41 ਖਾਬ ਕਰ ਰਹੇ ਹਾਂ ਜੀ ਮੇਰੇ ਹਿਸਾਬ ਨਾਲ ਹੀ ਖਾਬ ਕਰ ਰਹੇ ਹਾਂ ਅਸੀਂ ਵਾਚ ਕਰੀਏ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਆਉ ਤੁਸੀਂ ਦੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਟੋਂ ਕਟ ਡੇਢ ਸਾਲ ਤੋਂ ਕਬੱਡੀ ਦੇ ਟੂਰਨਾਮੈਂਟ ਨੇ ਜਿਹੜੇ ਉਹ ਤਕਰੀਬਨ ਬੰਦ ਹੀ ਰਹੇ ਨੇ ਹੁਣ ਹੀ ਥੋੜਾ ਮੈਚ ਚੱਲੇ ਨੇ ਤੇ ਅਗਲਾ ਜਿਹੜਾ ਪਲਾਨਿੰਗ ਹੈ ਜਿਹੜਾ ਕਬੱਡੀ ਦੇ ਬਾਰੇ ਕੀ ਹੋਵੇਗਾ ਕਿਸ ਤਰ੍ਹਾਂ ਦੇ ਕਬੱਡੀ ਦੇ ਮੈਚ ਹੋਣਗੇ ਇਹ ਸਾਰੀਆਂ ਗੱਲਾਂ ਕਰਨ ਦੇ ਲਈ ਸਾਡੇ ਨਾਲ ਹੋਣਗੇ ਅੱਜ ਸਰਦਾਰ ਸੁਰਜਨ ਸਿੰਘ ਜੀ ਚੱਠਾ ਜੋ ਕਿ ਪ੍ਰਧਾਨ ਨੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਜਿਨ੍ਹਾਂ ਨੇ तकरीबन ਮੇਰਾ ਖਿਆਲ ਹੈ ਵੀ ਆਪਣੀ ਜ਼ਿੰਦਗੀ ਦੇ 50-55 ਸਾਲ ਨੇ ਮਾਖੇਡ ਕਬੱਡੀ ਦੇ ਲੇਖੇ ਲਾਏ ਨੇ ਆਓ ਫਿਰ ਕਰਦਿਆਂ ਗੱਲਬਾਤ ਕਰਦਿਆਂ ਸਵਾਗਤ ਹਾਂਜੀ ਅੰਕਲ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਔਰ ਤੁਹਾਡੇ ਸਾਥ ਜਿਹਨਾਂ ਦਰਸ਼ਕ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਚੈਨਲ ਚੱਲੇ ਤੁਹਾਡਾ ਬਹੁਤ ਜ਼ਿਆਦਾ ਬਹੁਤ ਫੇਵਰਿਟ ਹੋਵੇ ਮੈਨੂੰ ਹੈਪੀ ਇਸ ਗੱਲ ਦੇ ਵਿੱਚ ਗੱਲ ਪਹਚਾਈ ਹੈ ਆਪਾਂ ਲੋਕਾਂ ਨੂੰ ਜੋ ਰਿਐਲਿਟੀ ਆ ਹਾਂਜੀ ਬਿਲਕੁਲ ਜੀ ਸੋ ਅੰਕਲ ਜੀ ਪਹਿਲਾ ਲਾਕਡਾਊਨ ਉਸ ਤੋਂ ਬਾਅਦ ਕਿਸਾਨੀ ਮੋਰਚਾ ਤੇ ਕਾਫੀ ਜਿਆਦਾ ਲਾਸ ਹੈ ਜਿਹੜਾ ਕਬੱਡੀ ਖਿਡਾਰੀਆਂ ਨੂੰ ਪਿਆ ਕਬੱਡੀ ਪ੍ਰੀਮੀਅਰ ਨੂੰ ਪਿਆ ਹੁਣ ਡੇਢ ਸਾਲ ਤੋਂ ਮੈਚ ਬਿਲਕੁਲ ਬੰਦ ਨੇ ਤੇ ਅਗਲਾ ਜਿਹੜਾ ਪਲਾਨ ਹੈ ਉਹ ਕੀ ਹੋਵੇਗਾ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਕਿਸ ਤਰ੍ਹਾਂ ਦੀ ਮੀਟਿੰਗ ਹੋਈ ਹੈ ਅਗਲਾ ਕੀ ਪ੍ਰੋਗਰਾਮ ਹੈ ਦੇਖੋ ਸਾਡੇ ਦਾ ਪੂਰੀ ਜੋਰ ਲੱਗਾ ਜਦੋਂ ਜਲਦ ਵੀ ਅਸੀਂ ਮੈਚ ਸ਼ੁਰੂ ਕਰਾਈਏ ਕਰੀਏ ਪਿੰਡਾਂ 'ਚ ਮੈਚ ਹੋ ਵੀ ਰਿਹਾ ਹੈ ਸਾਡੇ ਮੁੰਡੇ ਪਿੰਡਾਂ 'ਚ ਖੇਡਦੇ ਵੀ ਆ ਇਹ ਨਹੀਂ ਨਹੀਂ ਖੇਡਦੇ ਪੜੇ ਚੋਨੇ ਫੁੱਲ ਫਲੇਜਡ ਮੈਚ ਹੋਣ ਪ੍ਰੋਪਰ ਉਹ ਅਗਲੇ ਸਾਲ ਹੋਣਗੇ ਹੋਣਗੇ ਮੇਰੇ ਹਿਸਾਬ ਨਾਲ ਜੇ ਆਪਾਂ ਕੋਰੋਨਾ ਨਾ ਮਾਰਿਆ ਆਪਾਂ ਜੇ 3rd ਫੇਜ਼ ਨਾ ਆਇਆ ਤਾਂ ਆਪਾਂ ਠੀਕ ਹੈ ਹੋ ਜਾਣੇ ਉਹ ਤਾਂ ਬੁਕਿੰਗ ਕਰਨੀ ਸ਼ੁਰੂ ਕਰਤੀ ਆਲਰੇਡੀ ਇਸ ਦਸੰਬਰ ਤੋਂ ਅਸੀਂ ਇੱਕ ਹੋਰ ਪਲਾਨ ਬਣਾਇਆ ਸੀ ਕਿ ਆਰ 10 ਮੇਲੇ ਪਹਿਲਾਂ ਕਰਾਵਾਂਗੇ ਨਵੰਬਰ ਦੇ ਵਿੱਚ ਤੇ ਉਹ ਉਹਦਾ ਹੀ ਚੌਕਟ ਕਰ ਰਹੇ ਆ ਪਲਾਨ ਤੇ ਪ੍ਰੋਗਰਾਮ ਦੱਸਾਂਗੇ ਲੋਕਾਂ ਸਾਰਿਆਂ ਨੂੰ ਉਹ ਅਸੀਂ ਕਰਾਵਾਂਗੇ ਵੇਰੀਅਸ ਜਿੱਥੇ ਜਿੱਥੇ ਟੀਮਾਂ ਖੇਡਣਗੀਆਂ ਉਹਨਾਂ ਦੇ ਪਿੰਡਾਂ 'ਚ ਕਰਾਉਣਾ ਮੈਚ ਅਸੀਂ 8 ਜਾਂ 10 ਕਰਾਉਣੇ ਅਸੀਂ ਮੈਚ ਉਹ ਵੀ ਕਰਾਵਾਂਗੇ ਉਹ ਲੱਗੇ ਆ ਅਸੀਂ ਕਰਨ ਪਿੰਡਾਂ ਵਿੱਚ ਆਲਰੇਡੀ ਮੈਚ ਹੋ ਰਹੇ ਆ ਮੁੰਡੇ ਵੀ ਖੇਡਦੇ ਵੀ ਹੈਗੇ ਆ ਪਰ ਇਹ ਹੈਗਾ ਕਿ ਮੁੰਡਿਆਂ ਵਿਚਾਲੇ ਨੂੰ ਬਹੁਤ ਲਾਸ ਹੋਇਆ ਮੈਂ ਸਮਝਦਾ ਇਸ ਗੱਲ ਨੂੰ ਪਰ ਕੋਈ ਲਾਸ ਹਰੇਕ ਨੂੰ ਹੋਇਆ ਕਰੋਨਾ ਦੇ ਨਾਲ ਬਿਜ਼ਨਸਾਂ ਨੂੰ ਬਹੁਤ ਲਾਸ ਹੋਇਆ ਅਰਾਊਂਡ ਦੀ ਵਰਲਡ ਤੇ ਜਿਹੜੇ ਸਾਰੇ ਸਪਾਂਸਰ ਆ ਜਿਹੜੇ ਸਾਡੇ ਹਮੈਤੀ ਆ ਉਹਨਾਂ ਨੂੰ ਵੀ ਹਿੱਟ ਹੋਇਆ ਉਹਨਾਂ ਦਾ ਵੀ ਨੁਸਾਨ ਹੋਇਆ ਵਿਚਾਰਿਆਂ ਦਾ ਰਾਈਟ ਬਾਕੀ ਇੱਕ ਕਰੋਨਾ ਹੋ ਗਿਆ ਦੂਜੇ ਪਾਸੇ ਸੰਘਰਸ਼ ਹੋ ਗਿਆ ਫਾਰਮਰ ਜਿਹੜਾ ਆਪਣੀ ਜ਼ਿੰਮੇਵਾਰਾ ਸੰਘਰਸ਼ ਆ ਉਹ ਵੀ ਆਪਣੇ ਵਾਸਤੇ ਬੜੀ ਵੱਡੀ ਇੱਕ ਕੀ ਕਹਿਸਾਂ ਤੁਸੀਂ ਟੱਕਰ ਆ ਆਪਣੀ ਬੜੀ ਵੱਡੀ ਬਹੁਤ ਵੱਡੀ ਸੈਂਟਰਾਂ ਦੇ ਨਾਲ ਸੈਂਟਰਾਂ ਨਾਲ ਟੱਕਰ ਆ ਆਪਣੀ ਤੇ ਉਹ ਚ ਆਪਾਂ ਹੋਪਫੁਲੀ ਜਿੱਤਾਂਗੇ ਜਿੱਤਣਾ ਚਾਹੀਦਾ ਆਪਾਂ ਨੂੰ ਤੇ ਆਪਾਂ ਜਿੰਨੇ ਵੀ ਹੈਗੇ ਉਹਦੀ ਸਪੋਰਟ ਕਰੀਏ ਜਰੂਰ ਬੜੀ ਹੁਣ ਖੇਡ ਕਬੱਡੀ ਵਾਲ ਵੀ ਹੋ ਜਾਈਏ ਥੋੜਾ ਜਿਹਾ ਉਹ ਕਬੱਡੀ ਬੰਦ ਰਹੀ ਆ ਮੁੰਡੇ ਬਹੁਤ ਬਟਾਰੇ ਬੈਠੇ ਬਾਹਰ ਅਸੀਂ ਚੋਣੇ ਆ ਵੀ ਕਬੱਡੀ ਹੋਵੇ ਇੰਗਲੈਂਡ ਕੈਨੇਡਾ ਵਿੱਚ ਵੀ ਹੁਣ ਹੋਈ ਆ ਡਰੱਗ ਫਰੀ ਡਰੱਗ ਟੈਸਟ ਹੋਇਆ ਦੋ ਤਿੰਨ ਮੈਚ ਉੱਥੇ ਹੋਏ ਆ ਮੈਂ ਸਾਰਿਆਂ ਨੂੰ ਸ਼ਾਬਾਸ਼ ਜੀ ਬਣਾ ਸਾਰਿਆਂ ਨੂੰ ਵੀ ਉਹਨੇ ਕਰਾਏ ਆ ਹਾਂਜੀ ਤੇ ਆ ਜੁੜੀ ਆ ਕਿ ਆਪਾਂ ਨਸ਼ੇ ਨੂੰ ਬੰਦ ਕਰੀਏ ਕਿਸੇ ਨਾ ਕਿਸ ਤਰ੍ਹਾਂ ਜਿੱਦਾਂ ਮਰਜੀ ਕਰ ਲੋ ਮੇਰੀ ਪਿੰਡਾਂ ਨੂੰ ਬਹੁਤ ਬੇਨਤੀ ਆ ਕਿ ਪਿੰਡਾਂ ਵਾਲੇ ਜੂੜ ਟੈਸਟ ਕਰਾਉਣ ਮੁੰਡਿਆਂ ਦੇ ਟੈਸਟ ਕਰਾਉਣ ਟੀਕੇ ਨਾਲ ਲਗਣ ਦੇਣ ਕਿਉਂ ਹੱਲੇ ਹੀ ਮੈਂ ਕਿਥੋਂ ਪਿੰਡਾਂ 'ਚ ਜਾਣਾ ਵਾਂ ਮੁੰਡੇ ਦੂਰ ਦੂਰ ਮੋਟਰਾਂ 'ਤੇ ਬੈਠੇ ਹੁੰਦੇ ਆ ਮੋਟਰਾਂ 'ਤੇ ਬਹਿਣ ਦਾ ਉਹਨਾਂ ਦਾ ਮਕਸਦ ਹੀ ਇਹ ਵੀ ਟੀਕੇ ਉੱਥੇ ਲਾ ਕੇ ਆਈਏ ਇਹ ਬੰਦ ਕਰਾਓ ਕਿਸੇ ਨਾ ਕਿਸ ਤਰ੍ਹਾਂ ਜਿਹੜਾ ਵੀ ਹੈਗਾ ਨੋਮਨੀ ਮੈਂ ਨਹੀਂ ਕਹਿੰਦਾ ਕਿਸੇ ਖਲ ਮੈਂ ਕਿਸੇ ਖਿਲਾਫ ਨਹੀਂ ਹੈਗਾ ਮੈਂ ਸਾਰਿਆਂ ਨਾਲ ਆ ਮੈਂ ਕਬੱਡੀ ਨਾਲ ਆ ਮੇਨਲੀ ਬੰਦਿਆਂ ਨਾਲ ਨਹੀਂ ਮੈਂ ਕਬੱਡੀ ਨਾਲ ਆ ਤੇ ਮੈਂ ਚਾਹਣਾ ਆਪਾਂ ਕਬੱਡੀ ਨੂੰ ਚੱਕੀਏ ਉਥੇ ਲੈ ਜੀਏ ਸੈਂਟਰ ਜਿੱਥੇ ਨੈਸ਼ਨਲ ਗਈ ਹੁਣ ਇਸ ਵੇਲੇ ਹੁਣ ਨੈਸ਼ਨਲ ਸਾਡ ਦੇਖੀ ਦੂ ਕਿੱਥੇ ਚੱਲ ਗਈ ਆ ਕਿੰਨੇ ਪਹੇ ਹੋ ਰਿਹਾ ਕਿੰਨਾ ਕੁਝ ਹੋ ਰਿਹਾ ਵਧੀਆ ਆਪਾਂ ਵੀ ਕਰ ਸਕਦੇ ਆ ਇਹ ਕੰਮ ਪਰ ਆਪ ਨੂੰ ਇੱਕ ਦੋ ਠੋਣਾ ਪੈਣਾ ਆਪਾਂ ਐਟ ਦੇ ਮੂਮੈਂਟ ਡਿਵਾਈਡਡ ਹਾਊਸ ਆ ਕਬੱਡੀ ਵਿੱਚ ਜਿੱਦਾਂ ਪੰਜਾਬ 'ਚ ਜਿੱਦਾਂ ਪੋਲਿਟਿਕਸ ਡਿਵਾਈਡਡ ਹਾਊਸ ਹੈ ਇਦਾਂ ਹੀ ਆਪਾਂ ਡਿਵਾਈਡਡ ਆ ਆਪਾਂ ਇਕੱਠੇ ਹੋ ਗਏ ਜਤਨ ਕਰੀਏ ਆਪਾਂ ਸਭ ਕੁਝ ਕਰ ਸਕਦੇ ਆ ਪੰਜਾਬੀ ਬਹੁਤ ਤਖੜਾ ਹੈਗਾ ਇਨਸਾਨ ਬਹੁਤ ਕੁਝ ਕਰ ਸਕਦਾ ਬਹੁਤ ਦਿਆਲੂ ਆ ਬੋਏ ਪਹਿਲਾਂ ਉਹਨੂੰ ਤਿਆਰ ਆ ਆਪਾਂ ਸਭ ਕੁਝ ਕਰ ਸਕਦੇ ਆ ਪਰ ਆਪਾਂ ਇਕੱਠੇ ਹੋਣ ਦੀ ਜਰੂਰਤ ਆ ਆਪਾਂ ਨੂੰ ਬਿਲਕੁਲ ਜੀ ਇਹ ਇੱਕ ਆੜ ਕਿੱਥੇ ਰਹਿੰਦੀ ਹੈ ਜੀ ਕਿਉਂਕਿ ਲੰਬੇ ਸਮੇਂ ਤੋਂ ਦੇਖਿਆ ਜਾਵੇ ਤਾਂ ਨੈਸ਼ਨਲ ਸਟਾਈਲ ਜਿਵੇਂ ਤੁਸੀਂ ਕਿਹਾ ਵੀ ਕਿੱਥੇ ਪਹੁੰਚ ਗਿਆ ਪਰ ਸਾਡੀ ਕਬੱਡੀ ਦੇ ਵਿੱਚ ਸਰਕਲ ਸਟਾਈਲ ਦੇ ਵਿੱਚ ਰੌਲਾ ਬਹੁਤ ਪੈਂਦਾ ਇਨਾਮ ਬਹੁਤ ਵੱਡੇ ਨੇ ਹੋ ਬਹੁਤ ਕੁਝ ਗਿਆ ਪਰ ਜਿੱਥੇ ਜਾਣੀ ਚਾਹੀਦੀ ਸੀ ਉੱਥੇ ਤੱਕ ਅਜੇ ਨਹੀਂ ਪੁੱਜੀ ਇਹ ਕਿੱਥੇ ਕਹਾਣੀ ਖੜੀ ਹੈ ਜੀ ਸਾਡੇ ਜੀ ਮੈਂ ਬਹੁਤ ਆ ਗਈ ਹੈ ਇਨਸਾਨਾਂ ਦੇ ਵਿੱਚ ਜਿਹੜੀ ਨਹੀਂ ਚਾਹੀਦੀ ਆਪਣੇ ਚ ਆਪਾਂ ਆਪਣੇ ਬਾਰੇ ਨਾ ਘੱਟ ਸੋਚੀਏ ਆਪਾਂ ਸੋਚੀਏ ਗੇਮ ਬਾਰੇ ਇਹ ਗੇਮ ਐ ਸਪੋਰਟ ਐ ਸਪੋਰਟ ਸਮਝੀਏ ਆਪਾਂ ਨੂੰ ਖੇਲਾਉਣਾ ਸਮਝੀਏ ਹਾਂਜੀ ਨਾ ਇਹ ਕਿਸੇ ਦੀ ਮਲਕੀਅਤ ਐ ਨਾ ਮੇਰੀ ਜਾਇਦਾਦ ਐ ਨਾ ਕਿਸੇ ਹੋਰ ਦੀ ਜਾਇਦਾਦ ਐ ਇਹ ਸਾਂਝੀ ਚੀਜ਼ ਐ ਆਪਾਂ ਮੁੰਡਿਆਂ ਦਾ ਭਵਿੱਖ ਬਣਾ ਸਕਦੇ ਹਾਂ ਠੋਕ ਕੇ ਚੰਗਾ ਕੰਮ ਕਰ ਸਕਦੇ ਆਪਾਂ ਜੇ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਮਾਈਂਡ ਨਾਲ ਸੋਚੀਏ ਹਾਂਜੀ ਜੋ ਦਿਲ 'ਚ ਆ ਉਹ ਹੀ ਮਾਈਂਡ ਤੇ ਲਿਆਓ ਕੰਨੇ ਕੁਝ ਹੋ ਰਿਹਾ ਕਰਦੇ ਕੁਝ ਹੋ ਰਿਹਾ ਉਹ ਮੇਰੀ ਪਲੀਜ਼ ਸੁਣੋ ਮੀਤ ਕੀ ਤੇ ਸਾਰੇ ਲੋਕਾਂ ਨੂੰ ਵੀ ਆਪਾਂ ਇਕੱਠੇ ਹੋ ਕੇ ਨਸ਼ਿਆ ਦਾ ਕੰਮ ਕਰੀਏ ਫੇ ਆਪਾਂ ਇਹਨੂੰ ਕਬੱਡੀ ਨੂੰ ਆਰਗੇਨਾਈਜ਼ ਕਰੀਏ ਪ੍ਰੋਪਰਲੀ ਰੂਲ ਇੱਕੋ ਹੀ ਚਾਹੀਦੇ ਸਾਰੇ ਵਰਲਡ 'ਚ ਇੱਕ ਰੂਲ ਨਾਲ ਖੇਲੋ ਹੁਣ ਠੀਕ ਹੈ ਨਾਰਥ ਇੰਡੀਆ ਨੇ ਕੋਈ ਰੂਲ ਇੰਟਰਡਿਊਸ ਕੀਤੇ ਜਦ ਪਾਣੀ ਆ ਰੂਲ ਗਹੀ ਨਾ ਕੀਤਾ ਡੇਢ ਪੁਆਇੰਟ ਵਾਲਾ ਕੀਤਾ ਅਸੀਂ ਫਸਟਾ ਚਾਹ ਕੀਤਾ ਅਸੀਂ 9 ਮੈਂ ਕਿਹਾ ਸਾਰੇ ਇਕੱਠੇ ਹੋ ਗਏ ਆਪਾਂ ਇੱਕ ਰੂਲ ਤੇ ਖੇਡ ਲਈਏ ਆਪਾਂ ਕਿਉਂ ਕਦੇ ਹੋਰ ਦਿੰਦਾ ਕਦੇ ਹੋਰ ਹੁੰਦਾ ਹੁਣ ਮੇਰੀ ਗੱਲ ਸੁਣੋ ਕਿਸੇ ਵਰਲਡ ਦੇ ਵਿੱਚ ਗੇਮ ਹੈਗੀ ਆ ਵੀ ਤੂੰ ਪਲੇਟ ਦੂਏ ਪਲੇਟ ਕੱਚੇ ਬਾਹਰ ਲੈ ਜੇ ਨੰਬਰ ਲੈ ਜੇ ਉਹ ਹੈ ਕਿਤੇ ਕਿਸੇ ਗੇਮ 'ਚ ਨਹੀਂ ਹੈਗਾ ਹਾਂਜੀ ਕਿਸੇ ਗੇਮ ਸੇਮ ਪੁਆਇੰਟ ਨਹੀਂ ਹੈਗੇ ਅਸੀਂ ਤਾਂ ਰੱਖਿਆ 1.5 ਪੁਆਇੰਟ ਪਹਿਲਾ ਪਹਿਲਾ ਪੁਆਇੰਟ 1.5 ਪੁਆਇੰਟ ਠੀਕ ਹੈ ਜੀ ਸੋ ਅਸੀਂ ਚਾਹੁੰਦੇ ਹਾਂ ਸਾਰੇ ਆਪਾਂ ਇੱਕ ਰੂਲ ਫੋਲੋ ਕਰੀਏ ਮੈਂ ਕਹਿੰਦਾ ਮੇਰੇ ਰੂਲ ਫੋਲੋ ਕਰੋ ਰੂਲ ਬਣਾ ਲਓ ਬੈਜੋ ਇਕੱਠੇ ਹੋ ਜਾਓ ਜੀ ਜੀ ਸੋ ਪਿਛਲੇ ਸਮੇਂ ਦੌਰਾਨ ਜਿਹੜਾ ਇੱਕ ਡਰੱਗ ਟੈਸਟ ਦਾ ਵੀ ਇੱਕ ਕੰਮ ਚੱਲਿਆ ਸੀਗਾ ਜੀ ਵਰਲਡ ਡਰੱਗ ਕਮੇਟੀ ਬਣਾਈ ਤੇ ਉਹਦਾ ਕਿਸ ਤਰ੍ਹਾਂ ਦਾ ਰਿਜ਼ਲਟ ਰਿਹਾ ਕਿਸ ਤਰ੍ਹਾਂ ਦਾ ਹੰਗਾਰਾ ਸੀ ਤੇ ਸਹਿਯੋਗ ਕਿਸ ਤਰ੍ਹਾਂ ਸੀਗਾ ਖਿਡਾਰੀਆਂ ਦਾ ਜੀ ਦੇਖੋ ਜੀ ਐਸਰਲੀ 80% ਵਰਲਡ ਇਕੱਠਾ ਆ WKDCE ਵਿੱਚ ਉੱਥੇ ਸਣਾ ਸੁਖਾ ਮਾਨ ਪ੍ਰਧਾਨ ਆ ਉਹ ਕਰ ਰਿਹਾ ਕੰਮ ਬਹੁਤ ਕਰ ਰਿਹਾ ਉਹ ਐਤੀ ਬੈਂਕੁਰ ਗਿਆ ਵੀ ਆ ਉਹਨੇ ਟੈਸਟ ਵੀ ਕਰਾਏ ਸਭ ਕਰਾਇਆ ਉਹ ਹੋ ਰਿਹਾ ਸਾਰਾ ਕੁਝ ਪਰ ਮੈਂ ਚਾਹਣਾ ਜਿਹੜੇ ਬੰਦੇ ਰਹਿੰਦੇ ਹੋ ਉਹ ਜੋਇਨ ਕਰਨ ਜੋਇਨ ਕਰਕੇ ਇਕੱਠੇ ਇੱਕ ਕਮੇਟੀ ਕਰੀਏ ਇਕੱਠੇ ਹੋਈਏ ਆਪਾਂ ਆਪਾਂ ਹੱਲੇ ਵੀ ਦੀਨਾ ਮੈਨੂੰ ਵਿਸਥਾਰ ਆਪੋਚੀ ਥੋੜਾ ਜਿਹਾ ਡਿਵਾਈਸ ਡਿਵੀਜ਼ਨ ਹੈਗੀ ਹੱਲੇ ਵੀ ਉਹ ਪੰਜ ਜਿਹੜੇ ਇਕੱਠੇ ਹੋਣਾ ਆਪਾਂ ਨੂੰ ਆਪਾਂ ਐਟ ਲੀਸਟ ਹੋਰ ਨਹੀਂ ਕੁਝ ਕਰਦੇ ਬੱਚਿਆਂ ਦੀ ਜ਼ਿੰਦਗੀ ਵਾਸਤੇ ਇਕੱਠੇ ਹੋ ਜੀਏ ਇਹਨਾਂ ਨੂੰ ਬਚਾਈਏ ਮਰਨ ਤੋਂ ਅੱਜ ਦੀ ਤਰੀਕ ਵਿੱਚ 8 ਸਾਲ ਦੇ ਵਿੱਚ 41 ਮੁੰਡੇ ਮਰੇ ਆ 41 ਸੋ ਕਿਉਂ ਗਲਤੀ ਆਰਗੇਨਾਈਜ਼ਰਾਂ ਦੀ ਗਲਤੀ ਕੋਚਾਂ ਦੀ ਔਰ ਗਲਤੀ ਮੇਨ ਆਪ ਪਲੇਅਰਾਂ ਦੀ ਜਿਹੜੇ ਸ਼ਾਮਦੇ ਨੇ ਗੱਲ ਨੂੰ ਵੀ ਮੈਂ ਆ ਖਾਊਂਗਾ ਜਾਂ ਮੈਂ ਆ ਪੀਊਂਗਾ ਜਾਂ ਮੈਂ ਟਿਕਾ ਲਊਂ ਇਹਦਾ ਨੁਕਸਾਨ ਮੈਨੂੰ ਕੀ ਹੋਣਾ ਇਹ ਅੰਡਰਸਟੈਂਡਿੰਗ ਨਹੀਂ ਇਹ ਅੰਡਰਸਟੈਂਡ ਕਰਾਉਣ ਚਾਹੀਦੀ ਆ ਸੈਮੀਨਰ ਕਰਾ ਲਓ ਇਕੱਠੇ ਹੋ ਜਾਓ ਮੁੰਡਿਆਂ ਨੂੰ ਸਮਝਾਓ ਡਾਕਟਰ ਬੁਲਾਵਾਂਗੇ ਆਪਾਂ ਜੋ ਕੌਂ ਕਰ ਲੈਨੇ ਆਪਾਂ ਬਟ ਬੱਚਾ ਵੀ ਸਮਝੇ ਕਿ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਜਾਂ ਬਣ ਰਹੀ ਆ ਅੱਜ ਦੀ ਤਰੀਕ ਵਿੱਚ ਹਾਲਤ ਕੁਝ ਅੱਗੇ ਨੂੰ ਬੈਟਰ ਹੋਈ ਜਾਂਦੀ ਹੈ ਲਾਸਟ 8 ਮਹੀਨੇ ਸਾਲ 'ਚ ਮੈਂ ਕਹਿੰਦਾ ਹੋਰ ਵੀ ਬੈਟਰ ਹੋ ਜਵੇ 100% ਆਪਾਂ ਜ਼ੀਰੋ ਕਰ ਦਈਏ ਸਾਰਾ ਕੁਝ ਇਹ ਨਸ਼ਿਆਂ ਦਾ ਤੇ ਆਪਾਂ ਜਿਹੜੇ ਸਾਰੇ ਗੇਮ ਔਰ ਇਹ ਗੇਮ ਬਹੁਤ ਵਧੀਆ ਗੇਮ ਹੈ ਤੁਹਾਨੂੰ ਪਤਾ ਇੱਕੋ ਗੇਮ ਹੈ ਜਿਹਦੇ ਵਿੱਚ ਨਾ ਬਾਲ ਨਾ ਬੱਲਾ ਇਕੱਲੇ ਨੂੰ ਗੱਲਾ ਇਕੱਲੇ ਨੂੰ ਖਾਚਾ ਕੋਈ ਨਹੀਂਗਾ ਇੱਕ ਸ਼ਾਲਾ ਲੈਣਾ 2 ਰੁਪਏ ਦਾ ਬਸ ਪਰ ਹੁਣ ਤਾਂ ਕਹਿੰਦੇ ਖਰਚੇ ਜ਼ਿਆਦੇ ਆ ਜੀ ਦੇਖੋ ਜੀ ਹੁਣ ਆਪਣੇ ਆਪਣੇ ਖਾਚੇ ਲੋਕਾਂ ਦੇ ਹੋਣਗੇ ਨਸ਼ਾ ਨਸ਼ੇ ਪੱਤਿਆਂ ਦੇ ਹੋਰ ਖਾਚਾ ਕੋਈ ਨਹੀਂ ਹੋਇਆ ਚ ਬੇਮਤ ਹੀ ਉਹ ਹੀ ਆ ਕੱਚੇ ਮਿੱਟੀ ਖੇਲਦੇ ਆਪਾਂ ਇਹ ਕੱਚਾ ਹੁੰਦਾ ਆਪਣੇ ਪਾਇਆ ਜਾਂ ਗਿਆ ਲਾਇਆ ਹੁੰਦਾ ਬਸ ਉਹ ਮਾਤਾ ਘਰ ਬਣਾ ਦਿੰਦੀ ਆ ਠੀਕ ਆ ਕੋਈ ਖਾਚਾ ਨਹੀਂ ਹੈਗਾ ਜੇ ਸੋਚਿਆ ਜਾਵੇ ਜੇ ਆਪਾਂ ਹਟਣਾ ਨਹੀਂਗਾ ਤੇ ਫੇਰ ਖਾਚੇ ਆਗੇ ਫੇਰ ਖਾਚੇ ਬਹੁਤ ਦੇ ਨਸ਼ਿਆਂ ਦੇ ਹੁਣ ਦੱਸਦੇ ਆ ਮੁੰਡੇ ਮੈਂ ਬੋਲ ਖੱਤਿਆ ਪਰ ਮੈਂ ਕਿਉਂ ਇਸ ਗੱਲ ਵਿੱਚ ਪਾਵਾਂ ਮੈਂ ਇਹ ਗੱਲ ਬੇਨਤੀ ਮੈਂ ਮੈਂਤ ਕਹਾਂ ਸਾਰਿਆਂ ਦੀ ਇਕੱਠੇ ਹੋ ਕੇ ਨਸ਼ਾ ਬੰਦ ਕਰਾਈਏ ਜਿਹੜੀਆਂ ਫੈਡਰੇਸ਼ਨਾਂ ਇਕੱਠੀਆਂ ਹੋਈਆਂ ਉਹਨਾਂ ਦਾ ਬਹੁਤ ਮਿਹਰਬਾਨੀ ਜਿਹੜਾ ਰਿੰਦਾ ਬੰਦਾ ਉਹ ਹੀ ਜੁਆਇਨ ਕਰੇ ਆਪਾਂ ਇੱਕ ਇਸ ਗੱਲ ਦੀ ਲੜਾਈ ਆਪ ਇਕੱਠੇ ਰਲਈਏ ਜੀ 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 ਇੱਕ ਅੰਕਲ ਜੀ ਜਿਹੜੇ ਪਿੰਡਾਂ ਦੇ ਵਿੱਚ ਨਾ ਆਪਾਂ ਦੇਖੋ ਓਪਨ ਵਾਲੇ ਖਿਡਾਰੀ ਨੇ ਜਿਹੜੇ ਟ੍ਰਾਇਲ ਦੇ ਕੇ ਬਾਅਦ ਦੇ ਵਿੱਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਜਾਂ ਕਿਸੇ ਵੀ ਫੈਡਰੇਸ਼ਨ ਦੇ ਵਿੱਚ ਖੇਡਦੇ ਆ ਅਰ ਜਿਹੜੇ ਸਾਡੇ 42 52 60 ਕਿਲੋ ਵਾਲੇ ਖਿਡਾਰੀ ਨੇ ਜਾਂ ਅੰਡਰ 19 ਅੰਡਰ 21 ਤੇ ਇਹਨਾਂ ਦੇ ਵਾਸਤੇ ਕੀ ਪਲਾਨ ਗਈ ਤੁਹਾਡੀ ਦੇਖੋ ਜਿਹੜੇ ਪਿੰਡਾਂ ਵਾਲੇ ਮੋਤਗਲ ਬੰਦੇ ਆ ਜਿਹੜੇ ਕਰੋਂਦੇ ਮੈਚ ਉਹਨਾਂ ਨੂੰ ਚਾਹੀਦਾ ਸੋਚਣਾ ਇਹਦੇ ਬਾਰੇ ਵੇਹੇ ਬੱਚੇ ਨੇ ਜ਼ਿੰਦਗੀ ਬਣਾ ਰਹੇ ਖਾਬ ਕਰ ਰਹੇ ਆ ਜੀ ਮੇਰੇ ਸਾਬ ਨਾਲ ਹੀ ਖਾਬ ਕਰ ਰਹੇ ਆ ਅਸੀਂ ਵਾਚ ਕਰੀਏ ਟੀਮਾਂ ਜੇ ਸਾਰੀ ਟੀਮ ਬੁਲਾ ਲਈਏ ਟੀਮਾਂ ਬੁਲਾਉ ਉਹਨੀਆਂ ਕਿ ਦਿਨ ਦੇ ਮੈਚ ਕਰ ਸਕਦੇ ਆ 12ਵੇਂ ਸ਼ੁਰੂ ਕਰੋ ਸੱਤ ਦਿਨ ਕਾ ਦਿਓ ਰਾਤ ਨੂੰ ਦੋ ਜਗ੍ਹਾ ਮੈਚ ਕਰਾਉਣੇ ਕੋਈ ਗਲਤ ਹੈ ਨਹੀਂ ਹੁਣ ਕਈ ਮੈਚਾਂ ਜਾਈਦਾ ਆਪਾਂ ਪਿੰਡਾਂ ਦੇ ਵਿੱਚ ਚਾਰ ਕਬੱਡੀਆਂ ਪਾ ਕੇ ਬਾਹਰੋਂ ਹੀ ਟੀਮ ਦੂਜੀ ਟੀਮ ਆ ਜਾਂਦੀ ਹੈ 163 ਰਾਤ ਨੂੰ 12 ਵਜੇ 2 ਵਜੇ ਆਉਂਦੇ ਆ ਉਹ ਫੇਰ ਮੁੰਡਿਆਂ ਪੁੱਠੇ ਕੰਮ ਕਰਨੇ ਆ ਆਪਾਂ ਨੂੰ ਯੂਥ ਨੂੰ ਆਪ ਸਮਝਾਉਣਾ ਚਾਹੀਦਾ ਆਪਾਂ ਨੂੰ ਆਪ ਨਗੇਲ ਪੰਚਾਇਤ ਜੂ ਜੂ ਦੇ ਉੱਤੇ ਆਪਾਂ ਕਰ ਸਕਦੇ ਆ ਜੇ ਆਪਾਂ ਟਾਈਮ ਲਾਈਏ ਆਪਾਂ ਇਹਨਾਂ ਸੋਚੀਏ ਕਿ ਮੈਂ ਅੱਜ ਮੈਚ ਕਰਾ ਲਿਆ ਸ਼ਾਨ ਨੂੰ ਪਾਰਟੀ ਕੀਤੀ ਸਰਸਿਕਾ ਅਗਲੇ ਸਾਲ ਮਿਲਾਂਗੇ ਫੇ ਇਹ ਗੱਲਾਂ ਗਲਤ ਆ ਜੇ ਕਬੱਡੀ ਕਰਾਉਣੀ ਆ ਤੇ ਇਹਨੂੰ ਫੋਲੋ ਕਰੋ ਰਾਊਂਡ ਯਰ ਰਾਊਂਡ ਰੂਰ ਰੈਗੂਲੇਸ਼ਨ ਨਸ਼ਾ ਮੁੰਡੇ ਜੋ ਵੀ ਟੀਮ ਆ ਗਈ ਉਹਨਾਂ ਨੂੰ ਫੋਲੋ ਕਰੋ ਉਹਨਾਂ ਨਾਲ ਰਹੋ ਇਸ ਗੇਮ ਦੇ ਨਾਲ ਰਹੋ ਇਹਦੇ ਬਣ ਕੇ ਦਿਖਾਓ ਕਿ ਗੇਮ ਦੇ ਕੁਛ ਨਾ ਕੁਛ ਇਹਨੂੰ ਇਹ ਸਤੋਲੀ ਨਹੀਂ ਹੈਗੀ ਆਪਣੀ ਵੀ ਇਹ ਸ਼ੌਤਨਿਆ ਸਾਡੀ ਨਹੀਂ ਸ਼ੌਤਨਿ ਸਾਡੀ ਹੈਗੀ ਇਹ ਸਾਡੀ ਘਰ ਦੀ ਗੇਮ ਆ ਇੱਕੋ ਗੇਮ ਪੰਜਾਬੀਆਂ ਦੇ ਕੋਲ ਰੈਲੇਵੈਂਟ ਮਜਬ ਰੈਲੇਵੈਂਟ ਕਾਸਟ ਆਪਾਂ ਸਾਰੇ ਪੰਜਾਬੀ ਇਕੱਠੇ ਹੋ ਕੇ ਇਹਨੂੰ ਬਹੁਤ ਵੱਡਿਆ ਗੇਮ ਬਣਾ ਸਕਦੇ ਆ ਉਹ ਵਿੱਚ ਬੜਾ ਪਹਾਇਆ ਅੱਜ ਇਹ 30 ਮਿਲੀਅਨ ਜਦੋਂ ਫੁੱਲ ਅਫਰੇਚ ਖੇលਦੇ ਰਾਉਂਡ ਦੇ ਵਲਡ ਖੇਲਦੇ ਆ 30 ਮਿਲੀਅਨ ਡਾਲਰ ਦੀ ਗੇਮ ਆ ਇਹ ਹਾਂਜੀ ਹਰੇਕ ਨੂੰ ਪਹਾ ਮਿਲਦਾ 11 12 ਲੱਖ ਬੰਦਾ ਕੰਮ ਕਰਦਾ ਇਹਦੇ ਵਿੱਚ ਬਿਲਕੁਲ ਜੀ ਕੋਈ ਗਰਾਊਂਡ ਬਣਾਉਂਦਾ ਕੋਈ ਕੋਚ ਕਰ ਕੋਚ ਕਰਦਾ ਖੇលਦੇ ਆ ਮੁੰਡੇ ਕੋਚ ਆ ਰੈਫਰੀ ਆ ਕਮੈਂਟੇਟਰ 5 60 ਬਣਿਆ ਕਰਦਾ ਸਾਰਿਆਂ ਨੂੰ ਮੇਰੀ ਬੇਨਤੀ ਆ ਇੱਥੇ ਮੈਂ ਹੁਣ ਕੌਮੈਂਟੇਟਰ ਦਾ ਨਾਂ ਲਿਆਗਾ ਮੈਂ ਤੁਹਾਨੂੰ ਕਹਿੰਦਾ ਕਿ ਕਈ ਗੱਲਾਂ ਕੌਮੈਂਟਰ ਵੀ ਗਲਤ ਆ ਜੀ ਉਹਨਾਂ ਨੂੰ ਆਪਣੇ ਆਪ ਨੂੰ ਸਹੀ ਹੋਣਾ ਚਾਹੀਦਾ ਸਿਰਫ ਆਪਣੇ ਨਹੀਂ ਬਾਹਰੋਂ ਪੈਸੇ ਮੰਗਾਉਣੇ ਦਾ ਬਾਹਰੋਂ ਮੈਂ ਸਕੂਟਰ ਲੈਣ ਦਾ ਮੋਟਰਸਾਈਕਲ ਲੈਣ ਦਾ ਉਹਦੇ ਵਾਸਤੇ ਮੈਂ ਕਿਸੇ ਜੀ ਬਿਜਤੀ ਕਰਾਂ ਜਾਂ ਕਿ ਨਕਦੀ ਕਰਾਂ ਜਾਂ ਕਿ ਉਹ ਜਾ ਚੱਕਾਂ ਇਹ ਗੱਲਾਂ ਛੱਡਦੀ ਆਪਾਂ ਪਲੇਅਰ ਇਜ਼ एवरीवन ਪਲੇਅਰ ਇਹ ਰਹਿੰਦਾ ਨਾ ਉਹ ਰੱਬ ਦਾ ਰੂਪ ਹੁੰਦਾ ਹਾਂਜੀ ਉਹਦਾ ਕੋਈ ਮਜਬ ਨਹੀਂ ਕੋਈ ਕਾਸਟ ਨਹੀਂ ਉਹਦੇ ਵਾਸਤੇ ਗੇਮਸ ਅ ਗੇਮ ਉਹ ਸਮਝੀਏ ਤੇ ਕੌਮੈਂਟੇਟਰ ਵੀ ਬੋਲਣ ਇਸ ਗੱਲ ਨੂੰ ਵੀ ਗੇਮ ਨੂੰ ਗੇਮ ਸਮਝੋ ਪਲੀਜ਼ ਜੀ ਜੀ ਪਰ ਮੈਂ ਜਿਹੜੀ ਗੱਲ ਪੁੱਛਣਾ ਚਾਹੁੰਦਾ ਸੀ ਅੰਕਲ ਜੀ ਕਿ ਆਪਾਂ ਟੀਮਾਂ ਬਣਾ ਰਹੇ ਹਾਂ ਜੀ ਅੰਡਰ 19 ਜਾਂ ਅੰਡਰ 20 ਅਸੀਂ ਨਾ ਇੱਕ ਟੀਮ ਅੱਗੇ ਹੀ ਟੀਮਾਂ ਬਣਾਈਆਂ ਸੀ ਆਪ ਅੰਡਰ 20 21 ਇੱਕ ਟੀ ਹੀ ਪਰਮ ਜੀ ਨਮਾਜ਼ੀਪੁਰ ਨੂੰ ਕਿਹਾ ਹੋਇਆ ਵੀ ਟੀਮਾਂ ਉਹਨੇ ਬਣਾਉਣੀਆਂ ਉਹ ਹਰ ਇੱਕ ਮੈਚ ਸਾਡੇ ਦੋ ਟੀਮਾਂ ਹੜੇ ਬੜੇ ਅਖੀ ਲਗਾਉਂਗੇ 8 ਟੀਮਾਂ ਦੋ ਖੇਲਗੀਆਂ ਛੋਟੀ ਟੀਮਾਂ ਹਰ ਇੱਕ ਮੈਚ ਉਹ ਸਾਰੰ ਪੈਸੇ ਦੇਖ ਲਾਂਗੇ ਜੀ ਜੀ ਐ ਸੋ ਅੰਕਲ ਜੀ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ 10 ਮਹੀਨੇ ਹੋ ਗਏ ਸੰਘਰਸ਼ ਚੱਲਦਾ ਕਿਸ਼ਾਨੀ ਸੰਘਰਸ਼ ਕਿਉਂਕਿ ਉਹ ਵੀ ਸਾਡਾ ਇੱਕ ਨਸਲਾਂ ਦਾ ਤੇ ਆਉਣ ਵਾਲੀਆਂ ਫਸਲਾਂ ਦਾ ਜਿਹੜਾ ਮਸਲਾ ਹੈਗਾ ਉਹਦੇ ਵਾਸਤੇ ਵੀ ਜਿੱਥੇ ਸਾਡੇ ਪੰਜਾਬ ਦੇ ਭਾਰਤ ਦੇ ਸਾਰੇ ਕਿਸਾਨ ਚਲੇ ਆ ਉੱਥੇ ਸਾਡੇ ਐਨ ਆਰ ਆਈ ਭਰਾ ਜਿਹੜੇ ਵਿਦੇਸ਼ ਦੇ ਵਿੱਚ ਕੋਈ ਅਮਰੀਕਾ ਕੈਨੇਡਾ ইংল্যান্ড ਬੈਠਾ ਉਹ ਵੀ ਸਾਡੇ ਮੁਲਕ ਦੇ ਲਈ ਚਿੰਤਤ ਨੇ ਉਹਨਾਂ ਵੱਲੋਂ ਵੀ ਬਹੁਤ ਸਾਰਾ ਜਿਹੜਾ ਸਹਿਯੋਗ ਹੈ ਸਾਡੇ ਇਸ ਮੋਰਚੇ ਦੇ ਲਈ ਆਇਆ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹ ਉਹਨਾਂ ਸਾਰਿਆਂ ਨੂੰ ਐਨ ਆਰ ਆਈ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਕਰਨਾ ਚਾਹੁੰਦਾ ਮੈਂ ਦਿਲੋਂ ਕੋ ਜਿੰਨਾ ਵੀ ਉਹਨਾਂ ਨੇ ਬਹੁਤ ਪੈਸੇ ਭੇਜਿਆ ਅਸੀਂ ਗਾਂ ਪਚਾਇਆ ਹੱਲੇ ਵੀ ਉਹ ਪੈਸੇ ਭੇਜ ਰਹੇ ਆ ਹੱਲੇ ਵੀ ਪੈਸੇ ਭੇਜ ਰਹੇ ਆ ਰੁਪਿੰਦਰ ਹੁਣ ਪਚਾ ਰਹੇ ਹੁਣ ਵੀ ਜਦੋਂ ਜਾਈਆ ਉਹਦਾ ਗਾਂ ਪਚਾ ਪੇਚੀ ਜਾਂਦੇ ਆ ਰੁਪਿੰਦਰ ਇੱਥੇ ਮੇਰੇ ਕੋਲ ਆਇਆ ਸੀਗਾ ਕੁਝ ਲੈ ਗਿਆ ਗਾਂ ਵੀ ਕਰੀ ਜਾਂਦੇ ਅਸੀਂ ਉਹ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਮੇਰਾ ਐਨ ਆਰ ਆਈ ਦੇ ਬਿਨਾ ਆਪਾਂ ਕੁਝ ਵੀ ਨਹੀਂ ਕਰ ਸਕਦੇ ਸੋ ਪੰਜਾਬ ਵਿੱਚ ਸਹੀ ਗੱਲ ਦਾ ਹਾਂ ਤੁਹਾਨੂੰ ਮੈਂ ਇੱਥੇ ਬੰਦੇ ਨਹੀਂ ਕਰਦੇ ਇਹਨੇ ਜਿੰਨਾ ਬਾਹਰਲਾ ਬੰਦਾ ਕਰਦਾ ਔਰ ਸਾਰੇ ਐਨਆਰਆਈਸ ਦਾ ਬਹੁਤ ਬਹੁਤ ਮੇਰੇ ਦਿਲੋਂ ਧੰਵਾ ਦਿਆ ਉਹਨਾਂ ਨੇ ਸੰਗਾਠ ਵਾਸਤੇ ਬਹੁਤ ਪੈਸਾ ਭੇਜਿਆ ਚਾਹੇ ਉਹ ਸਿੰਧੂ ਬਾਰਡਰ ਸੀ ਚਾਹੇ ਗਾਜੀਪੁਰ ਬਾਰਡਰ ਸੀ ਚਾਹੇ ਉਹ ਰਾਜਸਥਾਨ ਬਾਰਡਰ ਸੀ ਚਾਹੇ ਉਹ ਟਿਕਰੀ ਬਾਰਡਰ ਸੀ ਸਾਰਿਆਂ ਦੇ ਸਮਾਨ ਬਹੁਤ ਪਹੁੰਚਿਆ ਹਰ ਵੇਲੇ ਹੱਲੇ ਵੀ ਪਹੁੰਚ ਰਿਹਾ ਵਾ ਜੀ ਸੋ ਬਹੁਤ ਬਹੁਤ ਧੰਵਾ ਜੀ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਤ ਅਸੀਂ ਆਉਣ ਦਾ ਵਧੀਆ ਥੈਂਕ ਯੂ ਬਹੁਤ ਬਹੁਤ ਔਰ ਸਾਰੇ ਦਰਸ਼ਕਾਂ ਦਾ ਥੈਂਕ ਯੂ ਵਾਚ ਕਰਨ ਦਾ ਮੇਰੀ ਗੱਲ ਦਾ ਕਿਸੇ ਗੁੱਸਾ ਨਹੀਂ ਕਰਨਾ ਮੈਂ ਦਿਲੋਂ ਜੋ ਕਹਿਣਾ ਕਰਦਾ ਜੋ ਮੈਂ ਦਿਲਚੇ ਉਹ ਮੇਰੇ ਦਿਮਾਗ ਚ ਆ ਔਰ ਮੈਨੂੰ ਪਤਾ ਹੈਗਾ ਗੱਲਾਂ ਦਾ ਜੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਆਪਾਂ ਫੋਲੋ ਕਰੀਏ ਆਪਾਂ ਇਕੱਠੇ ਹੋਈਏ ਮੇਨ ਗੱਲ ਇਕੱਠੇ ਹੋਣ ਦੀ ਆ ਆਪਾਂ ਮੈਂ ਛੱਡਦੀ ਆਪਣੀ ਮੈਂ ਚ ਕੋਈ ਫਾਇਦਾ ਨਹੀਂਗਾ ਸਸਤੀ ਗੱਲ ਸਾਰਿਆਂ ਨੂੰ ਜੀ ਸੋ ਬਹੁਤੋ ਧੰਨਵਾਦ ਸੋ ਦੋਸਤੋ ਅੱਜ ਆਪਾਂ ਨੇ ਸਰਦਾਰ ਸੁਰਜਨ ਸਿੰਘ ਜੀ ਚੱਠਾ ਸਾਹਿਬ ਜੋ ਕਿ ਪ੍ਰਧਾਨ ਨੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੇ ਇਸ ਵੀਡੀਓ ਨੂੰ ਲਾਈਕ ਅਤੇ ਕਮੈਂਟਸ ਕਰਨਾ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਨਾ ਤਾਂ ਕਿ ਅਸੀਂ ਆਪਣੀ ਮਾਂ ਖੇਡ ਕਬੱਡੀ ਨੂੰ ਹੋਰ ਓਚਾ ਚੁੱਕਣ ਦੇ ਲਈ ਆਪੋ ਆਪਣਾ ਯੋਗਦਾਨ ਬਣਦਾ ਪਾਈਏ ਸੋ ਅਗਲੀ ਵਾਰੀ ਅਸੀਂ ਕਿਸੇ ਹੋਰ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ ਵੇਖਦੇ ਰਹੋ ਰੰਗ ਪੰਜਾਬ ਦੇ YouTube ਚੈਨਲ ਸਤਿ ਸ੍ਰੀ ਅਕਾਲ